ਆਓ ਅੱਜ ਆਪਾਂ ਜਾਣਦੇ ਹਾਂ ਬਹੁਤ ਹੀ ਕੀਮਤੀ ਹੈਲਥ ਟਿਪਸ ਇਹ ਪੰਜ ਜ਼ਰੂਰੀ ਨੁਕਤੇ ਘਟਾਉਣਗੇ ਤੁਹਾਡਾ ਭਾਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅਜੋਕੇ ਜੀਵਨ ਸ਼ੈਲੀ ਵਿੱਚ ਲੋਕ ਬਧੇਰੇ ਮੋਟੇ ਤੇ ਅਨਫਿਟ ਹੋ ਰਹੇ ਹਨ ਸਰੀਰਕ ਕੰਮ ਬਹੁਤ ਘਟ ਗਿਆ ਹੈ ਤੇ ਕਈ ਘੰਟਿਆਂ ਤੱਕ ਬੈਠ ਕੇ ਦਫ਼ਤਰ 'ਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਮੋਟਾਪੇ ਦੀ ਸਮੱਸਿਆ ਆਉਂਦੀ ਹੈ ਸੋ ਇਸ ਸਮੱਸਿਆ ਤੋਂ ਨਜਾਤ ਪਾਉਣ ਦੇ ਲਈ ਆਓ ਆਪਾਂ ਦੇਖਦੇ ਹਾਂ ਕੁਝ ਇੰਪੋਰਟੈਂਟ ਟਿਪਸ ਕੋਸ਼ਿਸ਼ ਕਰੋ ਕਿ ਘਰ ਦਾ ਤਾਜ਼ਾ ਬਣਿਆ ਹੋਇਆ ਖਾਣਾ ਹੀ ਖਾਓ ਆਪਣੇ ਹਰ ਭੋਜਨ ਵਿੱਚ ਫਲ ਸਬਜ਼ੀਆਂ ਦਾਲ ਅੰਡਾ ਰੋਟੀ ਤੇ ਚਾਵਲ ਭਾਵ ਬੇਸਿਕ ਫੂਡ ਆਈਟਮਜ਼ ਹੀ ਲਓ ਬਾਜ਼ਾਰ ਤੋਂ ਬੰਦ ਪੈਕੇਟ ਖਾਣ ਤੋਂ ਪਰਹੇਜ਼ ਕਰੋ ਰੋਜ਼ ਬਾਹਰ ਦਾ ਖਾਣਾ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ ਇਸ ਲਈ ਭਾਰ ਨੂੰ ਕਾਬੂ ਰੱਖਣ ਲਈ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ ਫਾਸਟ ਫੂਡ ਭਾਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਹਾਂ ਕਦੀਕਦਾਰ ਬਾਹਰ ਦਾ ਖਾਣ ਚ ਕੋਈ ਨੁਕਸਾਨ ਨਹੀਂ ਹੁੰਦਾ ਖਾਣਾ ਖਾਣ ਵਿੱਚ ਸਮੇਂ ਦਾ ਵੀ ਧਿਆਨ ਰੱਖੋ ਗਲਤ ਸਮੇਂ ਤੇ ਖਾਣਾ ਵੀ ਭਾਰ ਵਧਣ ਦਾ ਕਾਰਨ ਬਣਦਾ ਹੈ ਇਸ ਲਈ ਤੁਹਾਡੇ ਖਾਣ ਪੀਣ ਦਾ ਇੱਕ ਨਿਯਮ ਹੋਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਦੇਰ ਰਾਤ ਤੱਕ ਭੋਜਨ ਖਾਂਦੇ ਹਨ ਜੋ ਸਰੀਰ ਲਈ ਚੰਗਾ ਨਹੀਂ ਹੁੰਦਾ ਤੁਸੀਂ ਜਦੋਂ ਵੀ ਭੋਜਨ ਖਾਂਦੇ ਹੋ ਭੁੱਖ ਤੋਂ ਥੋੜਾ ਘੱਟ ਖਾਓ ਅਰਥਾਤ ਛੋਟੇ-ਛੋਟੇ ਮੀਨਲਾਂ ਵਿੱਚ ਖਾਓ ਇਹ ਤੁਹਾਡੇ ਭਾਰ ਨੂੰ ਕਾਬੂ ਵਿੱਚ ਰੱਖੇਗਾ ਜੇ ਤੁਸੀਂ ਚਾਹੋ ਤਾਂ ਦਿਨ ਭਰ ਵਿੱਚ ਬਹੁਤ ਸਾਰੇ ਛੋਟੇ-ਛੋਟੇ ਮੀਲ ਲੈ ਸਕਦੇ ਹੋ ਪਰ ਇੱਕੋ ਸਮੇਂ ਰੱਜ ਕੇ ਖਾਣਾ ਖਾਣ ਤੋਂ ਪਰਹੇਜ਼ ਕਰੋ ਜੇ ਤੁਸੀਂ ਲੰਮੇ ਸਮੇਂ ਤੱਕ ਪਤਲੇ ਰਹਿਣਾ ਚਾਹੁੰਦੇ ਹੋ ਦਾ ਮੈਦਾ, ਚੀਨੀ ਤੇ ਤੇਲ ਦੀ ਵਰਤੋਂ ਘੱਟ ਕਰੋ। ਇਹ ਤਿੰਨੋਂ ਚੀਜ਼ਾਂ ਭਾਰ ਵਧਾਉਣ ਦਾ ਕਾਰਨ ਬਣਦੀਆਂ ਹਨ ਤੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਕਰਦੀਆਂ ਹਨ। ਸੋ ਭਾਰ ਨੂੰ ਘਟਾਉਣ ਲਈ ਘੱਟ ਕਾਰਬੋਹਾਈਡਰੇਟਸ ਵਾਲਾ ਭੋਜਨ ਖਾਓ। ਇਨ੍ਹਾਂ ਨੁਕਤਿਆਂ ਨੂੰ ਆਪਣੀ ਲਾਈਫ ਵਿੱਚ ਅਪਣਾ ਕੇ ਆਪਣੀ ਜੀਵਨ ਸ਼ੈਲੀ ਨੂੰ ਵਧੀਆ ਬਣਾਓ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ